ਮੈਨੂੰ ਇਦਾਂ ਲੱਗਦਾ ਕਿ ਬਿਲਡਿੰਗ ਸਟਰਕਚਰਸ ਜਿਹੜੀਆਂ ਇਹ ਨੇ ਨਾ ਜਿਹਨੂੰ ਬਿਲਡਿੰਗਸ ਚੰਗੀਆਂ ਲੱਗਦੀਆਂ ਨੇ ਉਹ ਤਾਂ ਬਹੁਤ ਇੰਜੋਏ ਕਰੂਗਾ। ਸੱਚ ਹਾਂ, ਤੂੰ ਤਾਂ ਕਿਊਐਸ ਮੈਂ ਤਾਂ ਭੁੱਲ ਗਿਆ ਸੀ। ਇੱਥੇ ਹਰ ਤਰ੍ਹਾਂ ਦੀ ਬਿਲਡਿੰਗ ਸਟਰਕਚਰ ਹੈ, ਲਾਈਕ ਜੇ ਤੁਹਾਡੇ ਚੰਗੇ ਸਕਿੱਲਸ ਨੇ ਆਰਕੀਟੈਕਚਰ ਦੇ ਤੁਸੀਂ ਉਹਨੂੰ ਹੋਰ ਵਧਾਉਣਾ ਚਾਹੁੰਦੇ ਹੋ ਤਾਂ ਆਈ ਥਿੰਕ ਦੁਬਈ ਇਜ਼ ਦ ਬੈਸਟ ਪਲੇਸ ਟੂ ਕਮ ਓਵਰ ਐਂਡ ਟ੍ਰਾਈ ਇਟ। ਹਨਾ ਵੀ ਇੱਥੇ ਆ ਕੇ ਜ਼ਰੂਰ ਲੈ ਤੁਸੀਂ ਟ੍ਰਾਈ ਕਰਨਾ ਚਾਹੀਦਾ। ਮੈਂ ਇਹ ਤਾਂ ਨਹੀਂ ਕਹਿ ਰਹੀ ਮੈਂ ਇੱਥੇ ਆ ਕੇ ਜੌਬ ਕਰਨੀ, ਮੈਂ ਜੌਬ ਪ੍ਰਮੋਟ ਕਰ ਰਹੀ ਹਾਂ ਆਰਕੀਟੈਕਚਰ ਵਾਲੀ। ਕੀ ਮੰਗਾਇਆ ਮਨੀ ਆਪਾਂ? ਆਪਾਂ ਚਿਕਨ ਟਿੱਕਾ ਪਰਾਂਠੇ ਮੰਗਾਏ ਨੇ ਤੇ ਚੀਕੂ ਤੇ ਐਵੋਕਾਡੋ ਸਮੂਦੀ। ਮਿੰਨੀ ਕੀ ਖਾਂਦਾ? ਆਮ ਸਟੀਰੀਓ ਗੁੱਡ ਜੋਬ ਪਾਪੇ। ਰਿੰਗ ਰੋਲ ਬੜੇ ਵਧੀਆ ਹੈ। ਰਿੰਗ ਰੋਲ ਆ ਸਭ ਤੋਂ ਬੈਸਟ ਡਿਸ਼ ਸੀ। ਸੈਸਮੇ ਸੀਡ ਤੇ ਖਜੂਰ ਦਾ ਬਣਾਇਆ ਹੈ। ਇਹ ਕੀ ਆ ਉਹਨੇ ਅੱਜ? ਅੱਜ ਇਡਲੀ ਸੰਬਰ ਹੈ। ਪਹਿਲਾਂ ਆਪਾਂ ਖਾਧਾ ਸੀ ਪਰੌਂਠੇ, ਯਾਦ ਹੈ? ਆਲੂ ਦੇ ਪਰੌਂਠੇ ਸੀਗੇ, ਨਾਲ ਨੂੰ ਸਬਜ਼ੀ ਸੀਗੀ ਤੇ ਅੱਜ ਬਣੇ ਇਡਲੀ ਸੰਬਰ। ਓਕੇ, ਆ ਦੇਖੋ ਦੇਖੋ ਤੁਸੀਂ ਉਹਨਾਂ ਦੱਸ ਦਿੰਦੇ ਵੀ ਕਿੰਨਾ ਕੁ ਕੁੱਕ ਚਾਹੀਦਾ ਤੁਹਾਨੂੰ, ਕੀ ਪਾਉਣਾ, ਕਿਹੜੀ ਕਿਹੜੀ ਸਬਜ਼ੀ, ਤੇ ਉਹ ਸਾਰਾ ਕੁਝ ਫਰੈਸ਼ ਬਣਾ ਕੇ ਆਮਲੇਟ ਦੇ ਦਿੰਦੇ। ਬਹੁਤ ਵਧੀਆ ਫੀਲਿੰਗ ਹੁੰਦੀ ਆ ਨਾ। ਕਿਵੇਂ ਆਏ? ਬਹੁਤ ਵਧੀਆ ਸਾਂਬਰ ਬਣਿਆ ਹੋਇਆ। ਆਬੂ ਧਾਬੀ ਦਾ ਸਾਂਬਰ ਹੈ, ਇਡਲੀ ਸਾਂਬਰ। ਸਹੀ ਹੈ, ਪੂਰਾ ਇੰਡੀਅਨ ਟੇਸਟ। ਗੁੱਡ, ਥੈਂਕ ਯੂ। ਹਾਂਜੀ, ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਛੋਟਿਆਂ ਨੂੰ ਪਿਆਰ ਤੇ ਵੱਡਿਆਂ ਦੇ ਪੈਰੀ ਪੈਂਦੇ ਆ ਜੀ। ਮੈਂ ਵੀ ਬੁਲਾ ਹੀ ਲੈਣਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਛੋਟੇ ਮੈਡਮ ਜੀ ਕਿੱਦਾਂ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਹੈ ਤੁਹਾਡਾ? ਸਾਰਿਆਂ ਦਾ ਹੋਪਫੁਲੀ ਲਾਈਫ ਇੰਜੋਏ ਕਰ ਰਹੇ ਹੋਣਗੇ। ਅਲੀਨ ਨੇ ਤੇ ਮਨੀ ਨੇ ਅੱਜ ਮੈਚਿੰਗ ਕੀਤੀ ਹੈ ਪੂਰੀ ਹੈ। ਅੱਜ ਸਾਡੀ ਮਾਵਾ ਧੀ ਦੀ ਮੈਚਿੰਗ ਹੈ। ਟਵਿਨਸ ਹੁਣੇ ਨਾ ਐ ਰੱਜ ਕੇ ਬਹੁਤ ਹੀ ਵਧੀਆ ਬ੍ਰੇਕਫਾਸਟ ਕਰਕੇ ਹਟੇ ਆ ਆਪਾਂ। ਨਜ਼ਾਰਾ ਆ ਗਿਆ ਬ੍ਰੇਕਫਾਸਟ ਦਾ। ਅਸੀਂ ਘੱਟੋ ਘੱਟ 2 ਘੰਟੇ ਬੈਠੇ ਰਹੇ ਯਾ, ਬਹੁਤ ਆਰਾਮ ਨਾਲ, ਕਿਉਂਕਿ ਅਸੀਂ ਲੇਟ ਹੀ ਉੱਠੇ ਅੱਜ। ਆਰਾਮ ਨਾਲ ਫਿਰ ਤਿਆਰ ਹੋ ਕੇ ਆਰਾਮ ਨਾਲ ਕੀਤਾ ਬ੍ਰੇਕ। ਰਾਤੀ ਨੀਂਦ ਬਹੁਤ ਸੋਹਣੀ ਕੈਚ ਅਪ ਕਰ ਲਈ, ਜਿਵੇਂ ਪਿਛਲੇ 3-4 ਦਿਨ ਤੋਂ ਕਾਫੀ ਬਿਜ਼ੀ ਸੀਗੇ, ਸੌਂਦੇ ਵੀ ਘੱਟ ਸੀ, ਪਰ ਅੱਜ ਬਹੁਤ ਹੀ ਵਧੀਆ ਨੀਂਦ ਆਈ। ਸੋ ਆਪਾਂ ਇਹਨਾਂ ਫਰੈਸ਼ ਆ, ਰੈਡੀ ਹਾਂ, ਬਾਕੀ ਗੱਲ ਆਪਾਂ ਥੱਲੇ ਆ ਕੇ ਕਰਦੇ ਹਾਂ। ਓਕੇ, ਸੋ ਆਪਣੀ ਗੱਡੀ ਆ ਗਈ, ਅੱਜ ਆਪਾਂ ਚੱਲੇ ਹਾਂ ਜੀ ਦੁਬਈ। ਸੋ ਸਾਰਾ ਦਿਨ ਅੱਜ ਆਪਾਂ ਦੁਬਈ ਐਕਸਪਲੋਰ ਕਰਨਾ। ਸੋ ਲਓ ਜੀ, ਆਪਾਂ ਗੱਡੀ ਦੇ ਵਿੱਚ ਬੈਠ ਗਏ। ਆਪਣੇ ਨਾਲ ਹੈ ਵੀਰ ਸ਼ਮਸ਼ੀਰ, ਹੈ ਇਨਕਾ ਨਾਮ, ਇਹ ਕੇਰਲਾ ਸੇ ਹੈ। ਤਾਂ ਆਪਣਾ ਅੱਜ ਦਾ ਪਲਾਨ ਇਹ ਆ ਜੀ, ਆਪਾਂ ਦੁਬਈ ਚੱਲੇ ਹਾਂ, ਸਾਰਾ ਦਿਨ ਆਪਾਂ ਵਧੀਆ ਤਰੀਕੇ ਨਾਲ ਦੁਬਈ ਐਕਸਪਲੋਰ ਕਰਨਾ।
ਉਹ ਤੋਂ ਬਾਅਦ ਆਪਾਂ ਦੁਬਈ ਫਰੇਮ ਜਾਵਾਂਗੇ ਉਹ ਵੀ ਦੇਖਾਂਗੇ ਅਤੇ ਦਿਨ ਦੇ ਵਿੱਚ ਹੋਰ ਕਾਫੀ ਐਕਟੀਵਿਟੀਜ਼ ਨੇ ਮਤਲਬ ਸਭ ਕੁਛ ਐਕਸਪਲੋਰ ਕਰਾਂਗੇ ਵਧੀਆ ਤਰੀਕੇ ਦੇ ਨਾਲ ਜਿੰਨੀ ਇਨਫੋਰਮੇਸ਼ਨ ਹੈ ਜਿੰਨਾ ਖਰਚਾ ਉਹਦੀ ਵੀ ਗੱਲਬਾਤ ਕਰਾਂਗੇ ਅਤੇ ਬਹੁਤ ਹੀ ਵਧੀਆ ਦਿਨ ਹੋਣ ਵਾਲਾ ਛੇਤੀ ਛੇਤੀ ਵੀਡੀਓ ਨੂੰ ਲਾਈਕ ਕਰ ਦਿਉ ਅਤੇ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਆਪਣਾ ਪੇਜ ਆ ਅਰਬਨ ਗਾਰਡਨ ਡਸਕੋ ਯੂਟਿਊਬ ਉਹਨੂੰ ਵੀ ਫੋਲੋ ਜ਼ਰੂਰ ਕਰ ਲਿਓ ਕਿਉਂਕਿ ਜਿੰਨੀਆਂ ਪਿਕਚਰਸ ਲੈਂਦੇ ਹਾਂ ਜਾਂ ਰੀਲਸ ਹੁੰਦੀਆਂ ਇੰਟਰਸਟਿੰਗ ਘੈਂਟ ਘੈਂਟ ਉੱਥੇ ਹੁੰਦੀਆਂ ਅਤੇ ਬਾਕੀ ਮਨੀ ਅਤੇ ਲੀਨ ਬੈਠੇ ਨੇ ਇੱਧਰ ਅਰਮਾਨ ਪਿੱਛੇ ਪੈ ਗਿਆ ਜਾਲੀਨ ਪਿੱਛੇ ਬੈਠੀ ਹੈ ਕਿਉਂਕਿ ਜੇ ਸੋਣਾ ਹੋ ਜਾਏ ਤੇ ਲੰਬੀ ਪੈ ਸਕਦੀ ਹੈ ਪਿੱਛੇ ਓਕੇ ਸੋ ਦੁਬਈ ਇੱਥੋਂ ਤਕਰੀਬਨ 100-125 ਕਿਲੋਮੀਟਰ ਆ ਤਕਰੀਬਨ ਘੰਟਾ ਸਵਾ ਘੰਟਾ ਲੱਗਣਾ ਇੱਥੇ ਸਪੀਡ ਬਹੁਤ ਹੈ ਯਾਰ 160 ਦੀ ਲਿਮਿਟ ਆ ਤੇ ਚਲੋ ਠੀਕ ਹੈ ਜੀ ਚੱਲਦੇ ਹਾਂ ਤੁਹਾਨੂੰ ਦਿਖਾਉਂਦੇ ਹਾਂ ਨਾਲ ਦੀ ਨਾਲ ਆਪਣੀ ਜਰਨੀ ਆ ਏਰੀਆ ਵਾ ਜੀ ਮੈਨਗ੍ਰੋਵ ਜਿਹੜਾ ਕਿ ਸਮੁੰਦਰ ਦੇ ਵਿੱਚ ਪੂਰੀ ਗ੍ਰੀਨਰੀ ਵਗੈਰਾ ਬਣਾਈ ਹੋਈ ਹੈ ਇਹਨਾਂ ਨੇ ਚਾਰ ਪੰਜ ਲੇਨਸ ਤਾਂ ਆਮ ਹੀ ਗੱਲ ਆ ਬਟ ਬਿਲਕੁਲ ਰਾਈਟ ਹੈਂਡ ਸਾਈਡ 'ਤੇ ਸਾਰੇ ਟਰੱਕਸ ਜਾ ਰਹੇ ਨੇ ਬੱਸਿਸ ਤਾਂ ਹੈਵੀ ਵਹੀਕਲ ਸਾਰੇ ਕਿਉਂਕਿ ਸਲੋਐਸਟ ਲੇਨ ਆ ਉਹਨਾਂ ਦੀ ਲਿਮਿਟ ਹੈਗੀ 80 ਅਤੇ ਬਾਕੀ ਇੱਧਰ ਕਾਰਸ ਨੇ 160-140 ਤੱਕ ਦੀ ਸਪੀਡ ਹੈ ਇਹਨਾਂ ਦੀ ਪਰ ਰੋਡ ਕੰਡੀਸ਼ਨਸ ਇੰਨੀਆਂ ਵਧੀਆ ਰਹਿੰਦਾ ਸਾਰੇ ਪਾਸੇ ਬਾਕੀ ਆ ਇੱਧਰ ਮੋਸਟ ਟ੍ਰੈਕ ਅੱਛਾ ਤਕਰੀਬਨ ਹਰ 10-15 ਕਿਲੋਮੀਟਰ ਤੋਂ ਬਾਅਦ 'ਚ ਨਾ ਮੋਸਕ ਦੇਖਣ ਨੂੰ ਮਿਲਦੀਆਂ ਇੱਦਾਂ ਦੀ ਬਹੁਤ ਹੀ ਸੋਹਣੀਆਂ ਬਣਾਈਆਂ ਹੋਈਆਂ ਜਿੱਥੇ ਵੀ ਦੇਖਦੇ ਹਾਂ ਸਟਰਕਚਰ ਇੰਨਾ ਵਧੀਆ ਵਾ ਨਾ ਮਤਲਬ ਮੋਸਕ ਦੇਖ ਕੇ ਦਿਲ ਖੁਸ਼ ਹੋ ਜਾਂਦਾ ਫਿਰ ਮੁਸਲਿਮ ਕੰਟਰੀ ਹੈ ਤਾਂ ਉਸ ਹਿਸਾਬ ਨਾਲ ਕਾਫੀ ਜ਼ਿਆਦਾ ਇਹਨਾਂ ਨੇ ਜਿਵੇਂ ਆਪਾਂ ਕਹਿੰਦੇ ਹਾਂ ਵੀ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ 'ਤੇ ਗੁਰਦੁਆਰੇ ਆ ਹਰ ਪਿੰਡ ਦੇ ਵਿੱਚ ਇੱਦਾਂ ਹੀ ਕਹਿ ਲਓ ਵੀ ਹਰ ਪਿੰਡ ਦੇ ਵਿੱਚ ਇੱਥੇ ਮੋਸਕ ਬਣੀ ਹੋਈ ਆ ਬਹੁਤ ਛੋਟੀ ਮੋਸਕ ਵੀ ਹੈ ਇੱਥੇ ਅੱਛਾ ਰੋਡਸ ਦੀ ਇੱਕ ਗੱਲ ਆ ਇੱਥੇ ਬਿਲਕੁਲ ਮਲਾਈ ਵਰਗੀਆਂ ਰੋਡਸ ਨੇ ਬਹੁਤ ਹੀ ਮਤਲਬ ਸਮੂਥ ਬਣੀਆਂ ਹੋਈਆਂ ਨੇ ਅਤੇ 5-5-6-6 ਲੇਨਸ ਨੇ ਹਰ ਪਾਸੇ ਵਨ ਵੇ ਹੈ ਨਾ ਤਾਂ ਕੱਲ੍ਹ ਵੀ ਸਾਨੂੰ ਪਤਾ ਲੱਗਿਆ ਸੀ ਵੀ ਜਿਵੇਂ ਜਰਮਨ ਦੀ ਕੰਪਨੀ ਆ ਜਿਹੜੀ ਇਹ ਰੋਡਸ ਬਣਾਉਂਦੀ ਹੈ ਟੈਕਨੋਲੋਜੀ ਸਾਰੀ ਉਹੀ ਯੂਜ ਹੋਈ ਹੋਈ ਆ ਅਤੇ ਬਾਕੀ ਜਿਵੇਂ ਆਪਾਂ ਹੈਰਾਨ ਹੁੰਦੇ ਵੀ ਇਹਨੇ ਰੇਗਿਸਤਾਨ ਦੇ ਵਿੱਚ ਇੰਨੀ ਗ੍ਰੀਨਰੀ ਕਿਵੇਂ ਆ ਤਾਂ ਇੱਥੇ ਨਾ ਜਿਵੇਂ ਆਸਟ੍ਰੇਲੀਅਨ ਕੋਈ ਕੰਪਨੀ ਆ ਉਹਨਾਂ ਦਾ ਜਿਵੇਂ ਸਾਰਾ ਸਿਸਟਮ ਲਾਇਆ ਆ ਜ਼ਮੀਨ ਦੇ ਅੰਡਰਗਰਾਊਂਡ ਪਾਈਪਸ ਲਾਈਆਂ ਹੋਈਆਂ ਨੇ ਜਗ੍ਹਾ ਜਗ੍ਹਾ 'ਤੇ ਤਾਂ ਉਹ ਆਟੋਮੈਟਿਕਲੀ ਉਹਨਾਂ ਨੂੰ ਪਾਣੀ ਦੇਈ ਜਾਂਦੇ ਆ ਟਾਈਮ ਦੇ ਨਾਲ ਰੈਗੂਲਰਲੀ ਅਤੇ ਸਮੁੰਦਰ ਦਾ ਪਾਣੀ ਯੂਜ਼ ਕਰਦੇ ਆ ਉਹਨੂੰ ਕਲੀਨ ਕਰਕੇ ਮਤਲਬ ਅੱਗੇ ਇਰੀਗੇਸ਼ਨ ਵਾਸਤੇ ਯੂਜ਼ ਹੁੰਦਾ ਆਹ ਦੇਖੋ ਜੀ ਸਟੀਅਰਿੰਗ ਛੱਡਿਆ ਹੋਇਆ ਬਈਆ ਨੇ ਅਤੇ ਬਿਲਕੁਲ ਵੀ ਮਤਲਬ ਇੱਧਰ ਉੱਧਰ ਨਹੀਂ ਹੋ ਰਹੀ ਐਨ ਸਟ੍ਰੇਟ ਜਾ ਰਹੀ ਹੈ ਵੈਸੇ ਐਗਜ਼ਾਮਪਲ ਦਿੱਤੀ ਆ ਤਾਂ ਸੇਫ ਨਹੀਂ ਹੈ ਇੱਦਾਂ ਚਲਾਉਣਾ ਬਟ ਸਟਿਲ ਜੀ ਦੁਬਈ ਅਤੇ ਆਬੂ ਧਾਬੀ ਦਾ ਅਤੇ ਯਹਾਂ ਪੇ ਕੋਈ ਲਾਈਨ ਵਗੈਰਾ ਵੀ ਹੈ ਕੁਛ ਐਸਾ ਕੀ ਸਾਹ ਜਿੱਥੇ ਆ ਜਿੱਥੇ ਆਪਣਾ ਬਿਜਲੀ ਦੀਆਂ ਤਾਰਾਂ ਨੇ ਇਹ ਸਾਰਾ ਬਾਰਡਰ ਹੈ ਇੱਕ ਕਿਸਮ ਦਾ ਸਭ ਤੋਂ ਉੱਚੀ ਬਿਲਡਿੰਗ ਮਾਂ ਜੀ ਫਰੇਮ ਦੇ ਲਾਗੇ ਆ ਗਏ ਕਾਰ ਦੇ ਅੰਦਰ ਟੈਂਪਰੇਚਰ ਸੀਗਾ 21-22 ਡਿਗਰੀ ਅਤੇ ਬਾਹਰ ਆ ਕੇ 42 ਸੋ ਇੱਕਦਮ 20 ਡਿਗਰੀ ਦਾ ਝਟਕਾ ਲੱਗਦਾ ਟੈਂਪਰੇਚਰ ਬਾਕੀ ਬਹੁਤ ਗਰਮੀ ਫੀਲ ਹੁੰਦੀ ਹੈ ਅਤੇ ਹਾਲੇ ਸਮਰ ਫੁੱਲ ਨਹੀਂ ਹੈਗੀ ਜਦੋਂ ਸਮਰ ਪੂਰੀ ਹੋਊਗੀ ਕੀ ਹਾਲ ਬਣੂ ਔਰ ਦੁਬਈ ਫਰੇਮ ਦਾ ਬੜਾ ਸੋਹਣਾ ਉੱਥੇ ਲੋਗੋ ਲੱਗਿਆ ਅੱਛਾ ਇਹ ਹੈਗਾ ਜੀ ਦੁਬਈ ਫਰੇਮ ਜਿਹੜਾ ਕਿ ਇਸ ਤਰੀਕੇ ਨਾਲ ਬਣਾਇਆ ਹੋਇਆ
ਵੀ ਨਿਊ ਦੁਬਈ ਅਤੇ ਓਲਡ ਦੁਬਈ ਨੂੰ ਕਨੈਕਟ ਕਰਦਾ ਹੈ ਅਤੇ ਤਕਰੀਬਨ 150 ਮੀਟਰ ਹਾਈ ਆ 90 ਮੀਟਰ ਵਾਈਡ ਆ ਅਤੇ ਇਹਦੀਆਂ ਟਿਕਟਸ ਅਰਾਊਂਡ ਜਿਵੇਂ 50-50 ਡਰਾਮ ਆ ਅਡਲਟ ਦੀ ਅਤੇ ਬੱਚਿਆਂ ਦੀ ਹੈਗੀ 20-50 ਡਰਾਮ ਸੋ ਜੇ ਤੁਸੀਂ ਚਾਹੋ ਉੱਤੇ ਜਾ ਕੇ ਦੇਖ ਸਕਦੇ ਹੋ ਰਾਤ ਨੂੰ ਕਾਫੀ ਵਧੀਆ ਵਿਊ ਆ ਇਹਤੋਂ ਅਤੇ ਜਿਹੜੇ ਇਹਦੇ ਕਲਰਸ ਨੇ ਆਲ ਵਾਲੇ ਉਹ ਵੀ ਚੇਂਜ ਹੁੰਦੇ ਆ ਟਾਈਮ ਦੇ ਨਾਲ ਸੋ ਗੁੱਡ ਥਿੰਗ ਆ ਕਿ ਐਕਸਪਲੋਰ ਕਰਨ ਵਾਲੀ ਦੁਬਈ ਵਿੱਚ ਪਰ ਆਪਾਂ ਉੱਪਰ ਨਹੀਂ ਜਾ ਰਹੇ ਆਪਾਂ ਇੱਥੇ ਥੋੜ੍ਹਾ ਫੋਟੋ ਸ਼ੂਟ ਕੀਤਾ ਹੁਣ ਆਪਾਂ ਅੱਗੇ ਚੱਲਦੇ ਹਾਂ ਅੱਛਾ ਭੀੜ ਦੇਖੋ ਜੀ ਇੱਥੇ ਪੂਰੀ ਇੰਡੀਆ ਵਾਲੀ ਫੀਲਿੰਗ ਆ ਜਿਵੇਂ ਰਸ਼ ਕਿਉਂਕਿ ਆਪਾਂ ਜਿਵੇਂ ਨਿਊਜ਼ੀਲੈਂਡ ਤੋਂ ਇੱਥੇ ਆਏ ਹਾਂ ਤਾਂ ਉੱਥੇ ਦੀ ਪਾਪੂਲੇਸ਼ਨ ਇੱਥੇ ਦੀ ਪਾਪੂਲੇਸ਼ਨ ਦਾ ਬਹੁਤ ਫਰਕ ਆ ਇੰਡੀਆ ਜਾ ਕੇ ਤਾਂ ਹੋਰ ਵੀ ਜ਼ਿਆਦਾ ਲੱਗੇ ਬਟ ਕਾਫੀ ਵਧੀਆ ਰੌਣਕ ਬਹੁਤ ਜ਼ਿਆਦਾ ਵਾ ਜਿਵੇਂ ਟੂਰ ਬੱਸਿਸ ਬਹੁਤ ਆਉਂਦੀਆਂ ਨੇ ਕਿਉਂਕਿ ਇਹ ਮੇਨ ਅਟਰੈਕਸ਼ਨਸ ਨੇ ਦੁਬਈ ਦੀਆਂ ਸੋਹਣਾ ਲੱਗ ਰਿਹਾ ਉੱਦਾਂ ਵਧੀਆ ਆਪਾਂ ਇੰਜੋਏ ਕਰ ਰਹੇ ਹਾਂ ਹੈ ਨਾ ਇਹ ਚੀਜ਼ਾਂ ਅਤੇ ਆਪਾਂ ਵੀ ਪਾਰਟ ਹਾਂ ਭੀੜ ਦਾ ਪਰ ਬਹੁਤ ਵਧੀਆ ਲੱਗਿਆ ਇੱਥੇ ਵੀ ਆ ਕੇ ਮੈਨੂੰ ਇੱਦਾਂ ਲੱਗਦਾ ਕਿ ਬਿਲਡਿੰਗ ਸਟਰਕਚਰਸ ਜਿਹੜੀਆਂ ਇਹ ਨੇ ਨਾ ਜਿਹਨੂੰ ਬਿਲਡਿੰਗਸ ਚੰਗੀਆਂ ਲੱਗਦੀਆਂ ਨੇ ਉਹ ਤਾਂ ਬਹੁਤ ਇੰਜੋਏ ਕਰੂਗਾ ਸੱਚ ਹਾਂ ਤੂੰ ਤਾਂ ਕਿਊਐਸ ਮੈਂ ਤਾਂ ਭੁੱਲੇ ਗਿਆ ਸੀ ਇੱਥੇ ਹਰ ਤਰ੍ਹਾਂ ਦੀ ਬਿਲਡਿੰਗ ਸਟਰਕਚਰ ਹੈ ਲਾਈਕ ਜੇ ਤੁਹਾਡੇ ਚੰਗੇ ਸਕਿੱਲਸ ਨੇ ਆਰਕੀਟੈਕਚਰ ਦੇ ਤੁਸੀਂ ਉਹਨੂੰ ਹੋਰ ਵਧਾਉਣਾ ਚਾਹੁੰਦੇ ਹੋ ਤਾਂ ਆਈ ਥਿੰਕ ਦੁਬਈ ਇਜ਼ ਦ ਬੈਸਟ ਪਲੇਸ ਟੂ ਕਮ ਓਵਰ ਐਂਡ ਟ੍ਰਾਈ ਇਟ ਹਨਾ ਵੀ ਇੱਥੇ ਆ ਕੇ ਜ਼ਰੂਰ ਲੈ ਤੁਹਾਨੂੰ ਟ੍ਰਾਈ ਕਰਨਾ ਚਾਹੀਦਾ ਤੂੰ ਇਹ ਤਾਂ ਨਹੀਂ ਕਹਿ ਰਹੀ ਮੈਂ ਇੱਥੇ ਆ ਕੇ ਜੌਬ ਕਰਨੀ ਮੈਂ ਜੌਬ ਪ੍ਰਮੋਟ ਕਰ ਰਹੀ ਹਾਂ ਆਰਕੀਟੈਕਚਰ ਵਾਲੀ ਜਿਵੇਂ ਇੰਡੀਆ ਹੈ ਨਾ ਹੌਰਨ ਵੱਜਦੇ ਆ ਮੈਂ ਇੱਥੇ ਵੀ ਨੇ ਪਰ ਇਹਦੀ ਹਰ ਜਗ੍ਹਾ ਨਹੀਂ ਆ ਨਾ ਹੁਣ ਇੱਕ ਫੈਮਿਲੀ ਮਿਲੀ ਸੀਗੀ ਦਿੱਲੀ ਤੋਂ ਤਾਂ ਉਹਨਾਂ ਦਾ ਜਿਵੇਂ ਨਾ ਕੋਈ ਟੈਕਸੀ ਵਗੈਰਾ ਬੁੱਕ ਨਹੀਂ ਸੀ ਕੀਤੀ ਇੰਡੀਆ ਤੋਂ ਆਏ ਸੀਗੇ ਦਿੱਲੀ ਤੋਂ ਸੋ ਇਹ ਅਰੇਂਜਮੈਂਟ ਮੇਰੇ ਹਿਸਾਬ ਨਾਲ ਪਹਿਲਾਂ ਕਰ ਲੈਣੀ ਚਾਹੀਦੀ ਹੈ ਕਾਫੀ ਈਜ਼ੀ ਹੋ ਜਾਂਦਾ ਬਟ ਐਨੀਵੇ ਹੋਟਸਪੋਟ ਕਹਿ ਰਹੇ ਸੀਗੇ ਤਾਂ ਮੇਰੇ ਕੋਲ ਸੀਗਾ ਥੋੜ੍ਹਾ ਡਾਟਾ ਮੈਂ ਆ ਕੇ ਸਿਮ ਲੈ ਲਿਆ ਸੀ ਇੱਥੋਂ ਤਾਂ ਉਹਦੇ ਨਾਲ ਕਾਫੀ ਈਜ਼ੀ ਹੋ ਜਾਂਦਾ ਬਾਕੀ ਠੀਕ ਆ ਜੀ ਆਪਾਂ ਦੁਬਈ ਫਰੇਮ ਦੇਖ ਲਿਆ ਹੁਣ ਆਪਾਂ ਅਵਮ ਭਈਆ ਸ਼ੋਪਿੰਗ ਮਾਲ ਜਾ ਰਹੇ ਨਾ ਉਹ ਜੋ ਦੁਬਈ ਮਾਲ ਦਾ ਬਿਗੈਸਟ ਮਾਲ ਇਨ ਦੁਬਈ ਠੀਕ ਹੈ ਜੀ ਉੱਥੇ ਚੱਲਦੇ ਹਾਂ ਤੁਹਾਨੂੰ ਉਹ ਵੀ ਦਿਖਾਉਂਦੇ ਹਾਂ ਪਾਰਕਿੰਗ ਲਾ ਦਿੱਤੀ ਜੀ ਪਾਰਕਿੰਗ ਵੀ ਮਿਲਾਂ ਤਾਂ ਘੱਟੋ ਘੱਟ 100 ਮੰਜ਼ਿਲਾਂ ਨੇ ਪਾਰਕਿੰਗ ਦੀਆਂ ਅਤੇ ਬੜੀ ਔਖੀ ਲੱਭੀ ਆ ਪਾਰਕਿੰਗ ਦੇ ਵਿੱਚ ਏ ਸੀ ਨਹੀਂ ਹੈਗਾ ਸੋ ਇੱਥੇ ਗਰਮੀ ਹੈਗੀ ਆ ਆਹ ਦੇਖੋ ਕਿੱਡੀ ਵਧੀਆ ਚੀਜ਼ ਆ ਸਾਰਾ ਦੁਬਈ ਆਫ ਸਾਈਡ ਡਾਊਨ ਬਣਾਇਆ ਹੋਇਆ ਆਹ ਚੀਜ਼ ਦੇਖੋ ਕਿੱਡੀ ਕਮਾਲ ਦੀ ਆ ਸਾਰਾ ਚੱਲਦਾ ਵਾ ਉੱਤੇ ਨਾਲ ਨਾਲ ਸਮੁੰਦਰ ਨੀਲੇ ਰੰਗ ਦਾ ਵਿੱਚ ਤਾਰਾਂ ਚੱਲਦੀਆਂ ਤੇ ਬੁਰਜ ਖਲੀਫਾ ਦਿਖਾਇਆ ਲੈ ਸਾਰਾ ਕੁਝ ਪੁੱਠਾ ਦਿਖਾਇਆ ਦੁਬਈ ਪੂਰਾ ਹੀ ਕਿੰਨਾ ਹੈਗਾ ਉਹ ਕਲਰ ਚੇਂਜ ਹੋ ਗਿਆ ਹੈਲੀਕਾਪਟਰ ਵੀ ਆਉਂਦਾ ਵਿੱਚ ਨੂੰ ਵਾਓ ਮਨੀ ਇਹ ਤੈਨੂੰ ਬਾੜਤਾ ਵਿੱਚੋਂ ਨਿਕਲਦਾ ਨਹੀਂ ਹੋਣਾ ਇਹ ਤੋਂ ਜੇ ਵੜ ਗਈ ਨਾ ਕਿਉਂਕਿ ਗਲਾਸ ਲਾਇਆ ਨਾ ਪਤਾ ਹੀ ਲੱਗਣਾ ਕਿੱਧਰ ਗਲਾਸ ਹੈ ਕਿੱਧਰ ਐਕਸਿਟ ਹੈ ਨਾ ਜੇ ਸਾਰੇ ਪਾਸੇ ਉਦਾਂ ਹੀ ਆਇਆ ਇਹ ਬੜਾ ਕੰਫਿਊਜ਼ਿੰਗ ਕੰਮ ਆ ਬੱਚੀ ਛੋਟੀ ਜਿਹੀ ਵੀ ਦੇਖ ਕਿੰਨਾ ਸੋਹਣਾ ਕਰੀ ਜਾ ਰਹੀ ਹੈ ਕੰਨੀ ਨੂੰ ਇੱਕ ਪੈਰ ਤੇ ਕੋਈ ਹਾਂ ਮੈਂ ਵੀ ਦੇਖ ਵਾਓ ਡੋਨਟਸ ਨੇ ਇੱਥੇ ਚੈੱਕ ਕੀਤੇ ਅਲੱਗ ਅਲੱਗ ਤਰ੍ਹਾਂ ਦੇ ਸ਼ਾਕ ਇਹ ਅੰਦਰ ਹੀ ਮਾਲ ਦੇ ਅਕੁਆਰੀਅਮ ਵੀ ਬਣਿਆ ਹੋਇਆ ਆ ਜਿੱਥੇ ਮੱਛੀਆਂ ਨੇ ਹੇਠਾਂ ਪਾਣੀ 'ਚ ਹੈਮਰਹੈਡ ਹਾਂ ਹੈਮਰਹੈਡ ਆ ਰਹੀ ਆ ਵੱਡੀਆਂ ਵੱਡੀਆਂ ਮੱਛੀਆਂ ਵਿੱਚ ਹੀ ਆ ਕਮਾਈ ਦੇ ਵਿੱਚ ਫਿਸ਼ਿਸ਼ ਨੇ ਚੱਲ ਚੱਲੀਏ ਆ ਗਾ ਹਾਊਸ ਫਿਸ਼ਿਸ ਦਾ ਐਵੇਂ ਹੀ ਹੁੰਦਾ ਆ ਪਾਈ ਮਾਈਓ ਹੁੰਦਾ ਇਹਦਾ ਓਕੇ ਆ ਇੱਕ ਗੁੱਚੀ ਦੇ ਮੈਡਲ ਚ ਬਣਾਇਆ
ਅਸੀਂ ਮਾਲ ਦੇਖ ਲਿਆ ਆ ਦੁਬਈ ਮਾਲ ਤੇ ਹੁਣ ਵੇ ਆਊਟ ਹੋ ਗਏ ਚੱਲੇ ਆ ਬਾਹਰ ਦੇਖਣ ਜਿੱਥੇ ਵਾਟਰ ਫਾਊਂਟੇਨਸ ਨੇ ਉਹ ਥੋੜਾ ਜਿਹਾ ਦੇਖਣਾ ਚਾਹੁੰਦੇ ਆ ਏਰੀਆ ਪਹਿਲਾਂ ਹੀ ਹਲੇ ਸ਼ੋਟ ਆ ਈਵਨਿੰਗ 'ਚ ਉਹਦਾ ਇੱਥੇ ਅਸੀਂ ਬਾਹਰ ਆਏ ਸੀ ਅਤੇ ਬਹੁਤ ਹੀ ਸੋਹਣਾ ਵਾਟਰ ਫਾਊਂਟੇਨ ਇੱਥੇ ਹੋਣਾ ਜਿਹੜਾ ਸ਼ਾਮ ਨੂੰ ਅਤੇ ਵਿਊ ਹੈ ਬੁਰਜ ਖਲੀਫਾ ਦਾ ਕਾਲੀਨ ਸ਼ੋਪ ਕੈਲੋਨੀ ਬੜੇ ਸੋਹਣੇ ਇਹਨਾਂ ਦੇ ਹੈਂਡਮੇਡ ਕਾਲੀਨ ਵੀ ਇੰਨਾ ਵੱਡਾ ਮਾਲ ਲੀਨਾ ਨੇ ਤਾਂ ਦੇਖਿਆ ਨਹੀਂ ਅੱਜ ਦੇਖ ਕੇ ਹੈਰਾਨ ਜੀ ਹੋਈ ਪਈ ਆ ਇਹ ਪੂਰੇ ਖੱਜਲ ਹੋ ਰਹੇ ਆ ਪਾਰਕਿੰਗ ਨਹੀਂ ਲੱਭ ਰਹੀ ਸੀ ਅਰਮਾਨ ਕਹਿੰਦਾ ਬਸ ਮੈਨੂੰ ਫੋਲੋ ਕਰੀ ਆਓ ਇੱਥੇ ਘੱਟੋ ਘੱਟ ਨਹੀਂ ਤਾਂ 50,000 ਬੰਦਾ ਫਿਰਦਾ ਹੋਣਾ ਪਰ ਲੈ ਚੱਲਿਆ ਅਰਮਾਨ ਦੇਖੋ ਵਾਕਈ ਹਾਂ ਇੰਨੇ ਫਲੋਰਸ ਆਉਂਦੇ ਆਉਂਦੇ ਭੁੱਲ ਗਏ ਵੀ ਕਿੰਨੇ ਫਲੋਰਸ ਆ ਗਏ ਸੀ ਬਾਏ ਦਾ ਸਿਨੇਮਾ ਹਾਂ ਉੱਥੇ ਹੀ ਉੱਧਰ ਹੀ ਸੀ ਆਪਣੀ ਗੱਡੀ ਗੁੱਡ ਮਾਨ ਵੈਲ ਡਨ ਲਓ ਜੀ ਅਸੀਂ ਚੱਲੇ ਹੁਣ ਦੁਬਈ ਮਾਲ ਫਿਨਿਸ਼ ਹੋ ਗਿਆ ਸਾਡਾ ਦੇਖਣਾ ਅਤੇ ਕਾਫੀ ਵੱਡਾ ਹੈ ਥੱਕ ਗਏ ਅਸੀਂ ਘੁੰਮਦੇ ਘੁੰਮਦੇ ਅਤੇ ਸਿਨੇਮਾ ਸੀਗੇ ਇੱਥੇ ਲੈ ਹੀ ਆਇਆ ਮੁੰਡਾ ਆਪਣੀ ਪਾਰਕਿੰਗ 'ਤੇ ਸਹੀ ਗੱਲ ਆ ਹਾਂਜੀ ਵੈਲ ਡਨ ਅਰਮਾਨ ਲਓ ਜੀ ਅਰਮਾਨ ਨੂੰ ਯਾਦ ਸੀ ਬਈ ਵੈਲ ਡਨ ਅਰਮਾਨ ਹੰਡਰਡ ਫਲੋਰ ਤਾਂ ਇੱਥੇ ਪਾਰਕਿੰਗ ਦੇ ਹੀ ਨੇ ਲਓ ਜੀ ਪਹੁੰਚ ਗਏ ਅਸੀਂ ਆਪਣੀ ਗੱਡੀ ਵੈਰੀ ਗੁੱਡ ਮਾਨ ਵੈਲ ਡਨ ਅਰਮਾਨ ਨੇ ਯਾਦ We made it. ਲਓ ਜੀ ਲਾਈਟ ਸ਼ੋਅ ਵੀ ਦੇਖ ਲਿਆ ਅਤੇ ਦੁਬਈ ਦੀ ਨਾਈਟ ਲਾਈਫ ਵੀ ਦੇਖ ਲਈ ਬਹੁਤ ਮਜ਼ਾ ਆਇਆ ਬਹੁਤ ਸੋਹਣਾ ਫੋਟੋ ਸ਼ੂਟ ਵੀ ਹੋਇਆ ਅਤੇ ਜਿਹੜੇ ਆਪਣੇ ਨਾਲ ਡਰਾਈਵਰ ਭਾਅ ਜੀ ਸੀਗੇ ਉਹਨਾਂ ਨੇ ਬਹੁਤ ਹੀ ਵਧੀਆ ਫੋਟੋ ਦਾ ਬਹੁਤ ਸ਼ੌਂਕ ਆ ਉਹਨਾਂ ਨੂੰ
ਮੈਂ ਤਾਂ ਉਹਨੂੰ ਕਹਿ ਕੇ ਹਟਿਆ ਮੈਂ ਕਿਹਾ ਤੁਸੀਂ ਵੀ ਯੂਟਿਊਬਰ ਬਣ ਜਾਓ ਉਹਨਾਂ ਦਾ ਫੋਨ ਨੰਬਰ ਤੇ ਨੇਮ ਅਸੀਂ ਪਾਵਾਂਗੇ ਡਿਸਕ੍ਰਿਪਸ਼ਨ ਬਾਕਸ ਵਿੱਚ ਤਾਂ ਕਿ ਦੁਬਈ ਅਗਰ ਤੁਸੀਂ ਆਨੇ ਹੋ ਉਹਨਾਂ ਨੂੰ ਕੰਟੈਕਟ ਕਰਿਓ ਤੁਹਾਨੂੰ ਸਾਰਾ ਦਿਨ ਟੈਕਸੀ ਦੇ ਵਿੱਚ ਘਮਾਉਣਗੇ ਤੁਹਾਨੂੰ ਕੋਈ ਫਿਕਰ ਨਹੀਂ ਹੈ ਬਹੁਤ ਹੀ ਲਾਈਕ ਹੈਲਪਫੁਲ ਰੀਜ਼ਨੇਬਲ ਪ੍ਰਾਈਸਸ ਨੇ ਮੈਂ ਕੱਲ ਨੂੰ ਜਿਹੜੀ ਕੱਲ ਦੀ ਨੈਕਸਟ ਵੀਡੀਓ ਹੋਊਗੀ ਨਾ ਆਪਣੀ ਉਹਦੇ ਵਿੱਚ ਮੈਂ ਸਾਰੀਆਂ ਡਿਟੇਲਸ ਪਾਉਂਗਾ ਦੁਬਈ ਆਉਣ ਲਈ ਤੁਹਾਡੀਆਂ ਕੀ ਰਿਕੁਆਇਰਮੈਂਟਸ ਨੇ ਕਿਵੇਂ ਦੇ ਖਰਚੇ ਹੁੰਦੇ ਆ ਕੀ ਹੁੰਦਾ ਹੈ ਨਾ ਹਾਂਜੀ ਅਗਲਾ ਉੱਥੇ ਵਾਟਰ ਸ਼ੋਅ ਹੋਣ ਲੱਗਿਆ ਸੋ ਅੱਧੇ ਅੱਧੇ ਘੰਟੇ ਬਾਅਦ ਹੁੰਦਾ ਵਾ ਸੋ ਲੈਂਬਰਗਿਨੀ ਖੜੀ ਆ ਨਵੀਂ ਮਨ ਆ ਜਾ ਤੇ ਤੁਸੀਂ ਲੈ ਕੇ ਆ ਸਕਦੇ ਮੈਨੂੰ 700 ਦਰਹਮ ਆ ਅੱਧੇ ਘੰਟੇ ਦੇ ਅੱਧੇ ਘੰਟੇ ਘੰਟੇ ਜਾਂ 2 ਘੰਟੇ ਦੀ ਤੁਸੀਂ ਗੱਡੀਆਂ ਲਾ ਸਕਦੇ ਹੋ ਉਹਦੇ ਉੱਤੇ ਤੇ ਤੇਲ ਉਹਨਾਂ ਦਾ ਫਿਰ ਤਾਂ ਵਧੀਆ ਪਰ ਲਾਈਕ ਵਨ ਟਾਈਮ ਰਾਈਡ ਲੈ ਲਵੇ ਹਾਂ ਹਾਫ ਐਨ ਆਵਰ ਦੇ ਸਾਰੇ ਐਕਸਪੀਰੀਅੰਸ ਕਦੇ ਲਾਈਕ ਹਾਂ ਜਾਂ ਚੂੰ ਚਲਾਉਣ ਲੱਗ ਗਿਆ ਤੂੰ ਲੈ ਲਈ ਠੀਕਾ ਵਾਇਦਾ ਕਰ ਨਹੀਂ ਸਕਦੇ ਕਿ ਇਦਾਂ ਕਰ ਸਕਦੇ ਆ ਐਕਸਪੀਰੀਅੰਸ ਤਾਂ ਨਾ ਆ ਗੋਲਡ ਸ਼ੂਆ ਨਾਲ ਡੈਡਾ ਖੜੇ ਨੇ ਇਹਨਾਂ ਦੇ ਸੱਚੇ ਵੀ ਫੋਟੋ ਹੈਗੀ ਵੀਡੀਓ ਆਹੀ ਕਾ ਆਇਕਨ ਸੋਚ ਰਿਹਾ ਫੋਟੋ ਪਰ ਹੈਗੀ ਵੀਡੀਓ ਪੋਜ਼ ਮਾਰ ਰਿਹਾ ਨਹੀਂ ਹੈ 29336 ਅੱਛਾ ਜੇ ਤੁਸੀਂ ਭੁੱਲ ਜਾਵੋ ਵੀ ਤੁਸੀਂ ਕਾਰ ਕਿੱਥੇ ਪਾਰਕ ਕੀਤੀ ਆ ਨਾ ਇਹ ਜਗ੍ਹਾ ਤੇ ਆ ਕੇ ਆਪਣੀ ਕਾਰ ਦਾ ਨੰਬਰ ਭਰੋ ਆਪੇ ਲੋਕੇਸ਼ਨ ਦੱਸ ਦੋ ਹੈ ਨਾ ਕਮਾਲ ਦੀ ਟੈਕਨੋਲੋਜੀ ਦੁਬਈ ਮਾਲ ਉਹਦਾ ਘੈਂਟ ਆ ਪਰ ਮਹਿੰਗਾ ਬਹੁਤ ਆ ਜੀ ਅਸੀਂ ਇੱਕ ਜਿਵੇਂ ਨਿੰਬੂ ਪਾਣੀ ਦੀ ਬੋਟਲ ਦਿੱਤੀ ਆ ਛੋਟੀ ਜੀ 17 ਦਰਹਮ ਦੀ ਯਾਨੀ ਕਿ 8.5 ਡਾਲਰ ਦੀ ਹੋ ਗਈ ਇਹਨਾਂ ਤੈਨੂੰ ਬਚਾਉਣ ਦੇ ਚੱਕਰ 'ਚ ਮੈਂ ਇੱਕ ਸ਼ੇਖ ਦਾ ਪੈਰ ਮਿੱਧਦਾ ਜੇ ਮੇਰੇ ਗਲ ਪੈ ਜਾਂਦਾ ਪੰਗਾ ਪੈਣਾ ਸੀ ਲੀਨ ਖੜ ਗਈ ਸੀਗੀ ਇੱਥੇ ਆ ਸਕੇਟਿੰਗ ਦੇਖਣ ਫੀਲ ਨਹੀਂ ਹੋਤਾ ਆਪਕੋ ਵਹਾਂ ਜਾ ਕੇ ਫੀਲ ਨਹੀਂ ਹੋਤਾ ਹਮੇ ਤੋ ਨੀਚੇ ਬੈਠੇ ਫੀਲ ਹੋ ਰਹਾ ਥਾ ਹਾਂ ਤੇ ਬੜੀ ਲਾਈਕ ਮੈਨੂੰ ਇੱਕ ਸਿਰ ਕੰਨਾਂ ਦੇ ਪਟਾਕੇ ਪਈ ਗਏ ਤੇ ਮੈਨੂੰ ਐ ਸੀ ਬਹੁਤ ਤੇਜ਼ ਲੈ ਕੇ ਜਾਊ ਪਰ ਬਹੁਤ ਸਣਾ ਲਾਈਕ ਬਾਡੀ ਐਡਜਸਟ ਕਰੀ ਜਾਂਦੀ ਹੈ ਨਾਲ ਭਈਆ ਕੰਨਾਂ ਦੇ ਪਟਾਕੇ ਮਤਲਬ ਕਾਨੋਂ ਮੇ ਜੈਸੇ ਹਵਾ ਨਹੀਂ ਬਨ ਜਾਂਦੀ ਪਟਾਕ ਪਟਾਕ ਸੇ ਹੋਤਾ ਹੈ ਬਾਅਦ ਮੇ ਉਸੇ ਬੋਲਦੇ ਆ ਕੰਨਾਂ ਦੇ ਪਟਾਕੇ ਭਈਆ ਬੋਲੋ ਪਟਾਕੇ ਪਰ ਭਈਆ ਨੇ ਹਮਾਰੀ ਬਹੁਤ ਹੈਲਪ ਕੀਤੀ ਅੱਜ ਤੇ ਬਾਕੀ ਇੱਧਰ ਦੇਖੋ ਸਿਟੀ ਦੇ ਨਜ਼ਾਰੇ ਤੁਹਾਨੂੰ ਨਾਈਟ ਲਾਈਫ ਦਿਖਾਈ ਹੈ ਦੁਬਈ ਦੀ ਕਿੱਡੀ ਵਧੀਆ ਲੱਗਦੀ ਹੈ ਦਿਨ ਚ ਕੁਛ ਹੋਰ ਲੱਗਦੀ ਸੀ ਰਾਤ ਨੂੰ ਜਗਮਗ ਜਗਮਗ ਲੱਗਦਾ ਦੁਨੀਆ ਸਾਰੀ ਹੈ ਹੀ ਇੱਥੇ ਪੈਟਰੋਲ ਪੰਪ 'ਤੇ ਰੁਕਿਆ ਮਾੜਾ ਫੂਡ ਲੈ ਲਈਏ ਕੀ ਮੰਗਵਾਇਆ ਮਨੀ ਆਪਾਂ ਚਿਕਨ ਟਿੱਕਾ ਪਰਾਂਠੇ ਮੰਗਾਏ ਨੇ ਤੇ ਚੀਕੂ ਤੇ ਐਵਕਾਡੋ ਸਮੂਦੀ ਚਿਕੂ ਫਰੂਟ ਬੜੀ ਦੇਰ ਹੋ ਖਾਣਾ ਤੇ ਚਿਕਨ ਬਿਰਿਆਨੀ ਵਿਦ ਚਿਕਨ ਬਿਰਿਆਨੀ ਮੰਗਾਈ ਹੈ ਹਾਂਜੀ ਰੂਮ ਚ ਆ ਕੇ ਬੈਡ ਤੇ ਬਿਠਾਇਆ ਹੀ ਹੈ ਕੁੜੀ ਨੂੰ ਇੰਨੀ ਥੱਕੀ ਹੋਈ ਸੀ ਉੱਥੇ ਸੋ ਗਈ ਕਿ ਮੈਂ ਸੁੱਤੀ ਵੇ ਇੰਨੇ ਟਾਇਰਡ ਹੋਏ ਪਏ ਆ ਸੀ ਸਾ ਤਾਂ ਨੀਂਦ ਜਮਾ ਹੀ ਨਹੀਂ ਕੰਟਰੋਲ ਹੋਈ ਜਦੋਂ ਗੱਡੀ ਚ ਬੈਨੇ ਆ ਸੀ ਉਹਦੀ ਆਇਆ ਸੁੱਤੇ ਆਉਨੇ ਕੁੜੀ ਨੂੰ ਮਸਾਂ ਕੱਢ ਕੇ ਲਈ ਮੈਂ ਗੱਡੀ ਚ ਉੱਠਣੀ ਸੀ ਲਈ ਇਹਨਾਂ ਮੋਢੇ ਚੱਕੀ ਉਹ ਸੁੱਤੀ ਆਈ ਆ ਆ ਕੇ ਇੱਥੇ ਪਾਈ ਬੈਠੀ ਨਾਲ ਹੀ ਫੇਰ ਸੋ ਗਈ ਬਿਲਕੁਲ ਟਾਇਰਡ ਹੋ ਗਏ ਬੁਰੀ ਤਰ੍ਹਾਂ ਚੱਕਣਾ ਚੂਰ ਹੋਈ ਪਈ ਆ ਬਾਡੀ ਤੋਂ 3 ਦਿਨ ਹੋ ਗਏ ਤੁਹਾਨੂੰ ਪਤਾ ਇੱਦਾਂ ਭੱਜ ਨਾਲ ਚੱਲ ਰਹੇ ਆ ਪਰ ਮਜ਼ਾ ਬੜਾ ਆ ਰਿਹਾ ਕੀ ਕਰੀਏ ਕੰਟਰੋਲ ਨਹੀਂ ਹੁੰਦਾ ਹੈ ਨਾ ਨਵੀਂ ਜਗ੍ਹਾ 'ਤੇ ਆਇਆ ਹੁੰਦਾ ਫਿਰ ਇਹ ਹੁੰਦਾ ਵੀ ਆਹ ਵੀ ਦੇਖ ਲਓ ਆਹ ਵੀ ਦੇਖ ਲਓ ਹੈ ਨਾ ਮਿਸ ਨਾ ਹੋਵੇ ਕੁਛ ਪਰ ਚਲੋ ਤੁਹਾਡੀਆਂ ਸਾਰਿਆਂ ਦੀਆਂ ਦੁਆਵਾਂ ਦੇ ਨਾਲ ਅਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਜਿਵੇਂ ਸੋਚਿਆ ਸੀਗਾ ਸਭ ਕੁਝ ਵਧੀਆ ਚੱਲੀ ਗਿਆ ਉਸ ਤੋਂ ਵਧੀਆ ਹੀ ਹੋਇਆ ਅਤੇ ਜਿਹੜਾ ਆਪਾਂ ਸਾਰਾ ਦਿਨ ਅੱਜ ਟੈਕਸੀ ਵਾਲਾ ਕੀਤਾ ਸੀਗਾ ਉਹ ਵੀ ਆਪਾਂ ਨਾਲ ਬਹੁਤ ਵਧੀਆ ਰਿਹਾ ਕੰਮ ਵੀਰ ਨਾ ਤਾਂ ਸ਼ਮਸ਼ੀਰ ਸੀ ਕੇਰਲਾ ਤੋਂ ਸੀਗਾ ਤਾਂ ਉਹਨੇ ਬੜਾ ਸਾਥ ਨਿਭਾਇਆ ਸਾਡੀਆਂ ਫੋਟੋਆਂ ਖਿੱਚੀ ਆ ਕਈ ਜਗ੍ਹਾ 'ਤੇ ਸਾਡੇ ਨਾਲ ਹੀ ਜਾਂਦਾ ਸੀਗਾ ਜੋ ਦੇਖਣ ਜਾਂਦੇ ਸੀਗੇ ਵਿਚ ਇਜ਼ ਗੁੱਡ ਬਾਕੀ ਠੀਕ ਆ ਜੀ ਆਹ ਵਾਲੀ ਵੀਡੀਓ ਇੱਥੇ ਫਿਨਿਸ਼ ਕਰਨ ਲੱਗਿਆ ਆਪਾਂ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਲਾਈਕ ਕਰਕੇ ਜਾਇਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਵੀ ਕਰ ਲਿਓ ਮਿਲਦੇ ਹਾਂ ਤੁਹਾਨੂੰ ਛੇਤੀ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਹ